सत श्री अकाल जी सारयां नूं। अज दा वीडियो कैनेडा दे उत्ते है। बहुत सारे एजेंट कह रहे ने, लोकी कह रहे ने कि कैनेडा बंद हो गया, मार्केट च अफवाहां फैलियां होईयां ने। बट तुसीं थंबनेल बिल्कुल सही देखिया, कैनेडा दे वीजे अज भी आ रहे ने। आई वीजा इमीग्रेशन कोल अज भी कैनेडा दे वीजा ने, चाहे वह टूरिस्ट वीजा ने, चाहे वह स्टडी वीजा ने। कैनेडा हुण भी वीजे दे रहा है। कैनेडा अंबैसी पॉजिटिव है वीजा नूं लैके, सिर्फ तां जे तुहाडी प्रोफाइल पॉजिटिव है। तुहाडी प्रोफाइल कैनेडा दा वीजा लैण लई एलिजिबल है तां तुसीं कैनेडा दा वीजा अप्लाई करो। तुहाडे लई कैनेडा बंद नहीं हैगा। कैनेडा बंद है उन्हां लोकां लई जो कि कैनेडा दी एलिजिबिलिटी नूं नहीं समझदे, जो स्टडी वीजा आयल्स दे विचों एक मड्यूल च 5.5, दो मड्यूल च 5.5, या कई तां बेवकूफ इहे जिहे ने 5.5 ओवरऑल ते कैनेडा दी फाइल लाई जांदे ने। कई मैं कमेंट देखदा हुंदा अपनी वीडियो दे नीचे, ओह इह पुछदे ने जी कैनेडा दा वीजा विदाउट आयल्स मिल जूगा। सो उन्हां लई कैनेडा बंद है। उन्हां लई कैनेडा दी गवर्नमेंट ने हत्थ खड़े करते कि जिहड़े विदाउट आयल्स सोच रहे ने 5 लाख च कनेडा जाण बारे सोच रहे ने, एक मड्यूल च 5.5, दो मड्यूल च 5.5 ते कैनेडा जाण बारे सोच रहे ने, जिन्हां दी जिहड़ी एजुकेशन है उहदे विच 5 तों 7 साल दा या 10 साल दा गैप है, अकैडमिक्स जिहड़े तुहाडी परसेंटेज है उह 60% तों नीचे है, जिहड़े स्टूडेंट 1 साल दी फीस नहीं भर सकदे, जिन्हां कोल GIC भरन जोगा वी पैसा नहीं हैगा, ਉਹਨਾਂ ਲਈ ਕੈਨੇਡਾ ਬੰਦ ਹੈ। ਬਟ ਜਿਨ੍ਹਾਂ ਦੀ ਪ੍ਰੋਫਾਈਲਸ ਐਲੀਜੀਬਲ ਨੇ 6 ਈਚ ਬੈਂਡ ਨੇ, ਪਲੱਸ ਟੂ ਤੋਂ ਬਾਅਦ 2 ਜਾਂ 3 ਸਾਲ ਦਾ ਗੈਪ ਹੈ, ਜਾਂ ਗ੍ਰੈਜੂਏਸ਼ਨ ਤੋਂ ਬਾਅਦ 4-5 ਸਾਲ ਦਾ ਗੈਪ ਹੈ ਵਿਦ ਜਸਟੀਫਿਕੇਸ਼ਨ, ਉਹਨਾਂ ਲਈ ਕੈਨੇਡਾ ਅੱਜ ਵੀ ਓਪਨ ਹੈ, ਉਹਨਾਂ ਦੇ ਵੀਜ਼ਾਸ ਅੱਜ ਵੀ ਆ ਰਹੇ ਨੇ। ਬੈਚਲਰ ਵਾਲੀ ਪ੍ਰੋਫਾਈਲ ਲਈ ਇੱਕ ਵੱਡੀ ਅਪਡੇਟ ਹੈ। ਜੇ ਤੁਸੀਂ ਬੈਚਲਰ ਦਾ ਵੀਜ਼ਾ ਲਾਉਣਾ ਚਾਹੁੰਦੇ ਹੋ, ਤੁਹਾਨੂੰ ਵੀਜ਼ਾ ਚਾਹੀਦਾ ਕੈਨੇਡਾ ਦਾ, ਤਾਂ ਤੁਹਾਡੇ ਆਇਲਸ ਦੇ ਵਿੱਚੋਂ 6.5 ਨੋਟ ਲੈਸ ਦੈਨ 6 ਹੋਣੇ ਚਾਹੀਦੇ ਨੇ, ਤੇ ਤੁਹਾਡੀ ਸਟੱਡੀ ਦੇ ਵਿੱਚ ਲੈਵਲ ਆਫ ਪ੍ਰੋਗਰੈਸ਼ਨ ਹੋਣਾ ਚਾਹੀਦਾ ਹੈ। ਹੁਣ ਇਹ ਲੈਵਲ ਆਫ ਪ੍ਰੋਗਰੈਸ਼ਨ ਕੀ ਹੁੰਦਾ ਹੈ? ਤੁਸੀਂ ਇੱਥੇ ਗ੍ਰੈਜੂਏਸ਼ਨ ਕੀਤੀ, ਗ੍ਰੈਜੂਏਸ਼ਨ ਤੋਂ ਬਾਅਦ ਕੋਈ ਨਾ ਕੋਈ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇੱਥੇ ਹੀ ਕਰ ਲਏ, ਤਾਂ ਤੁਸੀਂ ਹੁਣ ਜੇ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਅਪਲਾਈ ਕਰ ਰਹੇ ਹੋ, ਤੁਹਾਡਾ ਜਿਹੜਾ ਕਾਲਜ ਹੈ ਜਾਂ ਉਹਦੇ ਵਿੱਚ ਤੁਹਾਡਾ ਜਿਹੜਾ ਕੋਰਸ ਹੈ, ਤੁਹਾਡੇ PG ਡਿਪਲੋਮੇ ਤੋਂ ਉੱਪਰ ਦਾ ਕੋਰਸ ਹੋਣਾ ਚਾਹੀਦਾ, ਤਾਂ ਕਿ ਤੁਹਾਡੀ ਸਟੱਡੀ ਦਾ ਜਿਹੜਾ ਲੈਵਲ ਹੈ ਉਹ ਅਪ ਹੋਵੇ। ਜੇ ਤੁਹਾਡਾ ਲੈਵਲ ਡਾਊਨ ਹੋ ਰਿਹਾ, ਤੁਹਾਡਾ ਵੀਜ਼ਾ ਨਹੀਂ ਆਊਗਾ। ਤੁਸੀਂ PG ਡਿਪਲੋਮੇ ਤੋਂ ਬਾਅਦ ਮਾਸਟਰਸ ਕਰ ਸਕਦੇ। ਤੁਸੀਂ ਇੱਥੇ ਬੈਚਲਰ ਕੀਤੀ ਹੈ, ਜੋਬ ਕੀਤੀ ਹੈ, ਉਹ ਤੋਂ ਬਾਅਦ ਕੋਈ ਆਪਣੀ ਬੈਚਲਰ ਤੋਂ ਉੱਪਰਲਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਲੈ ਸਕਦੇ ਹੋ, ਤਾਂ ਤੁਹਾਡਾ ਵੀਜ਼ਾ ਆ ਜਾਊਗਾ। ਜੇ ਉਹ ਵੀ ਤੁਸੀਂ ਇੱਥੇ ਕੀਤਾ ਹੋਇਆ ਤਾਂ ਤੁਹਾਨੂੰ ਮਾਸਟਰਸ ਲੈਣੀ ਚਾਹੀਦੀ। ਸੋ ਇੱਕ ਛੋਟੀ ਜੀ ਅਪਡੇਟ ਹੈ, ਇੱਕ ਛੋਟੀ ਜੀ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਯੂਜ਼ ਕਰਕੇ ਆਪਣਾ ਵੀਜ਼ਾ ਲੈ ਸਕਦੇ। ਹੁਣ ਰਹੀ ਗੱਲ ਪਲੱਸ ਟੂ ਵਾਲੇ ਬੱਚਿਆਂ ਦੀ, ਤੁਸੀਂ 1 ਸਾਲ ਦੀ ਫੀਸ ਭਰਨੀ ਹੈ, GIC ਤੁਹਾਨੂੰ ਭਰਨਾ ਪੈਣਾ ਹੈ, ਅਤੇ ਤੁਹਾਡੀ ਜਿਹੜੀ ਪ੍ਰੋਫਾਈਲ ਉਹਦੇ ਵਿੱਚ 2 ਤੋਂ 3 ਸਾਲ ਦਾ ਗੈਪ ਨਹੀਂ ਹੋਣਾ ਚਾਹੀਦਾ। ਤੁਹਾਡੀ ਪਰਸੈਂਟੇਜ 60% ਤੋਂ ਜ਼ਿਆਦਾ ਚਾਹੀਦੀ ਹੈ। ਕੋਰ ਸਬਜੈਕਟ ਆਪਣੇ ਧਿਆਨ ਨਾਲ ਦੇਖ ਲਿਓ, ਜੇ ਨਹੀਂ ਪਤਾ ਤਾਂ ਮੈਂ ਦੱਸ ਦਿੰਦਾ। ਜੇ ਤੁਸੀਂ ਆਰਟਸ ਕੀਤੀ ਹੈ, ਹਿਊਮੈਨਿਟੀਜ਼ ਕੀਤੀ ਹੈ, ਤਾਂ ਉਹਦੇ ਵਿੱਚ ਤੁਹਾਡੇ ਜਿਹੜੇ 3 ਮੇਜਰ ਸਬਜੈਕਟ ਨੇ ਉਹਦੇ ਵਿੱਚ 60% ਤੋਂ ਜ਼ਿਆਦਾ ਨੰਬਰ ਹੋਣੇ ਚਾਹੀਦੇ ਨੇ। ਤੁਸੀਂ ਕਾਮਰਸ ਕੀਤੀ ਹੈ, ਜਿਹੜੇ ਤੁਹਾਡੇ ਅਕਾਊਂਟਿੰਗ ਹੋ ਗਈ, ਥਿਊਰੀ ਐਂਡ ਪ੍ਰੈਕਟਿਸ ਆਫ ਮੈਨੇਜਮੈਂਟ ਹੋ ਗਈ, ਬਿਜ਼ਨਸ ਮੈਥਮੈਟਿਕਸ ਹੋ ਗਿਆ, ਜਾਂ ਜਿਹੜੇ ਕਮਰਸ ਦੇ ਤੁਹਾਡੇ ਮੇਜਰ ਸਬਜੈਕਟ ਨੇ ਉਹਦੇ ਵਿੱਚ ਨੰਬਰ 60% ਤੋਂ ਜ਼ਿਆਦਾ ਚਾਹੀਦੇ ਨੇ। ਤੁਸੀਂ ਨੋਨ ਮੈਡੀਕਲ ਕੀਤੀ ਹੈ, PCM ਫਿਜ਼ਿਕਸ ਕੈਮਿਸਟਰੀ ਮੈਥ ਦੇ ਵਿੱਚੋਂ ਤੁਹਾਡੇ ਨੰਬਰ 60% ਤੋਂ ਜ਼ਿਆਦਾ ਚਾਹੀਦੇ ਨੇ। ਮੈਡੀਕਲ ਹੈ ਤੁਹਾਡੇ ਕੋਲ ਤਾਂ ਉਹਦੇ ਵਿੱਚ ਤੁਹਾਡੇ ਬਾਇਓਲੋਜੀ ਕੈਮਿਸਟਰੀ ਅਤੇ ਫਿਜ਼ਿਕਸ ਇਹਦੇ ਵਿੱਚੋਂ 60% ਤੋਂ ਜ਼ਿਆਦਾ ਚਾਹੀਦੇ। ਸੋ ਕੋਰ ਸਬਜੈਕਟ ਬਹੁਤ ਧਿਆਨ ਨਾਲ ਦੇਖੇ ਜਾਂਦੇ ਨੇ, ਉਸ ਤੋਂ ਬਾਅਦ ਤੁਹਾਡੀ ਸਾਲ ਦੀ ਫੀਸ ਅਤੇ GIC। ਇਹ ਚੀਜ਼ਾਂ ਜ਼ਰੂਰੀ ਨੇ ਜੇ ਤੁਸੀਂ ਕੈਨੇਡਾ ਦਾ ਵੀਜ਼ਾ ਲੈਣਾ। ਜੇ ਤੁਹਾਡੇ ਕੋਲ ਇਹ ਚੀਜ਼ਾਂ ਹੈਗੀਆਂ ਨੇ, ਤੁਸੀਂ ਐਲੀਜੀਬਿਲਟੀ ਪੂਰੀ ਕਰਦੇ ਹੋ, ਤੁਸੀਂ ਰਿਕੁਆਇਰਮੈਂਟਸ ਫੁੱਲਫਿਲ ਕਰਦੇ ਹੋ, ਤੁਹਾਡੇ ਲਈ ਕੈਨੇਡਾ ਅੱਜ ਵੀ ਓਪਨ ਹੈ, ਕੱਲ੍ਹ ਵੀ ਓਪਨ। ਚਾਹੇ ਜਨਵਰੀ ਇਨਟੇਕ ਲਾ ਲਓ, ਚਾਹੇ ਮਈ ਇਨਟੇਕ ਲਾ ਲਓ, ਤੁਹਾਡੇ ਲਈ ਕੈਨੇਡਾ ਕਲੋਜ਼ ਨਹੀਂ ਹੈਗਾ। ਉੱਥੇ ਕਾਲਜਿਸ ਦੇ ਵਿੱਚ ਸੀਟਸ ਹਰ ਸਮੈਸਟਰ ਦੇ ਵਿੱਚ, ਹਰ ਇਨਟੇਕ ਦੇ ਵਿੱਚ ਓਪਨ ਹੁੰਦੀਆਂ ਨੇ। ਇਸ ਇਨਟੇਕ ਦੇ ਵਿੱਚ ਆਪਾਂ ਗੱਲ ਕਰੀਏ ਸੈਪਟੈਂਬਰ ਜਾਂ ਜਨਵਰੀ 2023 ਇਨਟੇਕ ਦੀ ਗੱਲ ਕਰੀਏ, ਉੱਥੇ ਜੋ ਇੱਕ ਕਾਲਜ ਦੇ ਵਿੱਚ ਜੇ 400 ਸੀਟ ਸੀ ਉਹ ਫਿੱਲ ਹੋ ਗਈਆਂ, ਅਗਲੇ ਇਨਟੇਕ 'ਚੋਂ ਸੀਟਸ ਖਾਲੀ ਹੋਣਗੀਆਂ, ਅਤੇ ਉਹਨਾਂ ਨੂੰ ਸਟੂਡੈਂਟਸ ਚਾਹੀਦੇ ਨੇ। ਜੇ ਉਹਨਾਂ ਨੂੰ ਸਟੂਡੈਂਟ ਚਾਹੀਦੇ ਨੇ ਤਾਂ ਹਾਈ ਕਮਿਸ਼ਨ ਨੂੰ ਵੀਜ਼ਾਸ ਦੇਣੇ ਪੈਣੇ ਨੇ। ਸੋ ਇੱਕ ਟੈਕਨੀਕਲ ਚੀਜ਼ ਹੈ, ਕੰਟੀਨਿਊਸ ਚੀਜ਼ ਹੈ, ਇਹ ਪ੍ਰੋਸੈਸ ਚੱਲੀ ਜਾਊਗਾ ਜਿਵੇਂ ਜਿਵੇਂ ਸਟੂਡੈਂਟਸ ਜਾਈ ਜਾਣਗੇ, ਵੀਜ਼ਾ ਲੱਗੀ ਜਾਣਗੇ, ਕਾਲਜ ਨੇ ਜਿਹੜੇ ਫਿੱਲ ਹੋਈ ਜਾਣਗੇ। ਜੇ ਸਟੂਡੈਂਟ ਨਹੀਂ ਜਾਣਗੇ ਤਾਂ ਕਾਲਜ ਦੇ ਜਿਹੜੇ ਇਨਟੇਕਸ ਨੇ ਉਹ ਖਾਲੀ ਜਾਣਗੇ। ਇਹਦੇ ਨਾਲ ਕੀ ਆ, ਹਾਈ ਕਮਿਸ਼ਨ ਨੂੰ ਘਾਟਾ ਪਊਗਾ। ਸੋ ਕੋਈ ਵੀ ਕੰਟਰੀ ਇਹ ਨਹੀਂ ਚਾਹੁੰਦੀ ਕਿ ਉਹਨਾਂ ਨੂੰ ਕੋਈ ਵੀ ਇਕਾਨਮੀ ਲੌਸ ਹੋਵੇ। ਬਟ ਹਾਂ, ਕੈਨੇਡਾ ਨੇ ਟਾਈਟ ਜ਼ਰੂਰ ਕਰਤਾ ਪ੍ਰੋਫਾਈਲਸ ਦੀ, ਇੱਕ ਵੱਡਾ ਫਿਲਟਰ ਲਾਤਾ ਪ੍ਰੋਫਾਈਲਸ ਲਈ ਕਿ ਉਹਨਾਂ ਨੂੰ ਹੁਣ ਜਿਹੜੀਆਂ ਪ੍ਰੋਫਾਈਲਸ ਸਹੀ ਨਹੀਂ ਹੈਗੀਆਂ ਉਹ ਨਹੀਂ ਚਾਹੀਦੀ। ਜਿਹੜੇ ਏਜੰਟਸ ਸਹੀ ਕੰਮ ਕਰਦੇ ਸੀ ਪਹਿਲਾਂ, ਉਹਨਾਂ ਕੋਲ ਅੱਜ ਵੀ ਵੀਜ਼ਾ ਆ ਰਹੇ ਨੇ। ਜਿਹੜੇ ਏਜੰਟਸ ਪਹਿਲਾਂ 5.5 ਪ੍ਰਮੋਟ ਕਰਦੇ ਸੀਗੇ, 5.5 ਓਵਰਆਲ ਪ੍ਰਮੋਟ ਕਰਦੇ ਸੀ, 5 ਲੱਖ 'ਚ ਜਾਓ ਕੈਨੇਡਾ, ਵਿਦਾਊਟ ਆਇਲਸ ਜਾਓ ਕੈਨੇਡਾ, ਉਹਨਾਂ ਲਈ ਕੈਨੇਡਾ ਬੰਦ ਹੋ ਚੁੱਕਿਆ। ਸੋ ਅੱਜ ਦੀ ਵੀਡੀਓ ਸਿਰਫ ਇੰਨੀ ਹੀ ਕੈਨੇਡਾ ਲਈ। ਤੁਸੀਂ ਕੈਨੇਡਾ ਦਾ ਵੀਜ਼ਾ ਲਾਉਣਾ ਚਾਹੁੰਦੇ ਹੋ, ਤੁਹਾਡੀ ਪ੍ਰੋਫਾਈਲ ਕੈਨੇਡਾ ਲਈ ਐਲੀਜੀਬਲ ਹੈ, ਬਟ ਤੁਹਾਨੂੰ ਨਹੀਂ ਪਤਾ ਚੱਲ ਰਿਹਾ ਤੁਸੀਂ ਕਿਹੜਾ ਕਾਲਜ ਲੈਣਾ, ਕਿਹੜਾ ਕੋਰਸ ਲੈਣਾ, ਤੁਹਾਡੀ ਸਟੱਡੀ 'ਚ ਲੈਵਲ ਆਫ ਪ੍ਰੋਗਰੈਸ਼ਨ ਹੈ ਜਾਂ ਨਹੀਂ ਹੈ,
ਉਹਦੇ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਨੀਚੇ ਕਮੈਂਟ ਸੈਕਸ਼ਨ 'ਚ ਲਿਖ ਸਕਦੇ ਹੋ। ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਅੱਗੇ ਤੋਂ ਜਦੋਂ ਵੀ ਮੈਂ ਇੱਦਾਂ ਦੀ ਵੀਡੀਓ ਪਾਵਾਂ ਉਹ ਤੁਹਾਡੇ ਕੋਲ ਪਹੁੰਚ ਸਕੇ। ਸੋ ਦੋਸਤੋ, ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।